ਹਾਂਜੀ ਚੋਪਰ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਭਾਈ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕਮ ਭਾਈ। ਅੱਜ ਆਪਾਂ ਫੇਰ ਕਰਾਂਗੇ ਖੇਤੀਬਾੜੀ ਮੇਰੇ ਵੀਰੋ। ਜਿੱਦਾਂ ਤੁਸੀਂ ਦੇਖ ਸਕਦੇ ਆ ਕਰੈਨਾਂ ਖੜੀਆਂ ਗਈਆਂ। ਅੱਜ ਵਾਲਾ ਕੰਮ ਕਰਨਾ ਆਪਾਂ ਆਪਣੇ ਗੁਆਂਢੀਆਂ ਨੂੰ ਬਾਈ, ਉਹਨਾਂ ਦੀ ਹੈਲਪ ਕਰਨੀ ਆ। ਲਾਸਟ ਟਾਈਮ ਤੁਸੀਂ ਦੇਖਿਆ ਸੀ ਆਪਾਂ ਛੱਲੀਆਂ ਬੀਜੀਆਂ ਸੀ ਬਾਈ, ਤੁਸੀਂ ਚੈੱਕ ਕਰੋ ਬਾਈ 15 ਦਿਨਾਂ 'ਚ ਹੀ ਆ ਛੱਲੀਆਂ ਦੇਖੋ ਤੁਸੀਂ, ਬੰਦੇ ਤੋਂ ਵੀ ਉੱਚੀਆਂ ਹੋ ਗਈਆਂ, 6-6 ਫੁੱਟੀਆਂ ਹੋ ਗਈਆਂ ਬਾਈ। ਮਤਲਬ ਹਜੇ ਇਹਨਾਂ ਨੂੰ ਸਪਰੇ ਸਪਰੂ ਤੇ ਲੱਗ ਗਈਆਂ ਮੈਨੂੰ ਲੱਗਦਾ, ਹਨਾ। ਚਲੋ ਇਹ ਵੀ ਆਪਾਂ ਵੱਢਾਂਗੇ, ਪਰ ਅੱਜ ਵਾਲਾ ਜਿਹੜਾ ਕੰਮ ਆ ਬਾਈ, ਅੱਜ ਆਪਾਂ ਜਾਣਾ ਆਪਣੇ ਗੁਆਂਢੀਆਂ ਦੀ ਹੈਲਪ ਕਰਨ। ਜਿੱਦਾਂ ਤੁਸੀਂ ਦੇਖ ਸਕਦੇ ਆ ਆਪਣਾ ਅਰਜਨ ਟਰੈਕਟਰ ਲਾਸਟ ਟਾਈਮ ਆਪਾਂ ਲੈ ਕੇ ਆਉਂਦਾ ਸੀ, ਤੇ ਆ ਮਸ਼ੀਨ ਖੜੀ ਆ ਇੱਥੇ, ਤੇ ਉਹਨਾਂ ਦਾ ਖੇਤ ਆਪਣੇ ਖੇਤ ਦੇ ਨਾਲ ਹੀ ਹੈ ਬਾਈ। ਉਹਨਾਂ ਨੇ ਕਿਹਾ ਸੀ ਜੇ ਬਾਈ ਤੂੰ ਵਿਹਲਾ ਤਾਂ ਸਾਡੀ ਹੈਲਪ ਕਰਨ ਆ ਜਾ। ਮੈਂ ਕਿਹਾ ਕਿਉਂ ਨਹੀਂ ਯਾਰ ਬਾਈ, ਤੁਹਾਡੀ ਹੈਲਪ ਕਰ ਦਿੰਦੇ ਹਾਂ ਅਸੀਂ, ਟੈਨਸ਼ਨ ਕਾਹਦੀ ਆ, ਕਿਉਂਕਿ ਉਹ ਵੀ ਬਾਈ ਆਪਣੇ ਨੂੰ ਟਰੈਕਟਰ ਟਰੂਕਟਰ ਦਿੰਦੇ ਰਹਿੰਦੇ ਆ ਨਾ। ਸੋ ਤਾਂ ਕਰਕੇ ਮੇਰੇ ਵੀਰੋ ਅੱਜ ਆਪਾਂ ਜਾਣਾ ਫਿਰ ਉਹ ਬਾਈ ਦੀ ਹੈਲਪ ਕਰਨ, ਕਿਉਂਕਿ ਉਹਦਾ ਭਈਆ ਬਾਈ ਛੁੱਟੀਆਂ 'ਤੇ ਗਿਆ ਹੈਗਾ, ਅਤੇ ਉਹ ਬਾਈ ਆਪਣਾ ਸਿੱਧੂ ਦੀ ਹਵੇਲੀ 'ਚ ਆ, 2 ਮਿੰਟ ਉੱਥੇ ਕੰਮ ਕਰਦਾ ਪਿਆ ਹੈਗਾ, ਕੋਈ ਪਤਾ ਨਹੀਂ ਜਾਂ ਉੱਥੋਂ ਕੋਈ ਟਰਾਲਾ ਟਰੂਲਾ ਚੱਕਦਾ ਹੋਊਗਾ ਬਾਈ। ਅਤੇ ਮੈਂ ਉਹਨੂੰ ਕਿਹਾ ਸੀ ਕੋਈ ਚੱਕਰ ਨਹੀਂ ਅਸੀਂ ਜਾਂਦੇ ਹਾਂ ਤੇਰੇ ਖੇਤ, ਅਤੇ ਉਹ ਬਾਈ ਆਪਣਾ ਆ ਜੂਗਾ ਪਿੱਛੇ ਬਾਈ, ਕਿਉਂਕਿ ਉਹਨਾਂ ਟਾਈਮ ਜਾ ਕੇ ਆਪਾਂ ਕਰਦੇ ਹਾਂ ਵਾਢੀ ਬਾਈ। ਆਹ ਦੇਖੋ ਪੂਰੀ ਬਾਈ ਦੀ ਫਸਲ ਪੱਕ ਕੇ ਇੱਥੇ ਖੱਟੀ ਖੱਟੀ ਹੋਈ ਪਈ ਆ, ਹੈ ਨਾ, ਦੇਖਦੀ ਹੈ ਨਾ ਤੁਹਾਨੂੰ, ਆਹੀ ਆ ਨਾ ਬਾਈ ਦਾ ਖੇਤ, ਉਹ ਆਹੀ ਆ ਬਾਈ। ਅਤੇ ਬਾਈ ਲੈ ਕੇ ਆਇਆ ਸੀ ਕਰੈਨ ਬਾਈ ਮੰਗਵੀਂ, ਅਤੇ ਕਹਿੰਦਾ ਸੀ ਬਰਾੜ ਬਾਈ ਜੇ ਹੈਲਪ ਕਰਨੀ ਆ ਤਾਂ ਮੇਰਾ ਭਰਾ ਕਰ ਦੇ। ਆਹ ਦੇਖੋ ਬਾਈ ਇਹ ਫਸਲ ਕਿਹੜੀ ਆ ਯਾਰ, ਇਹ ਕੀ ਆ, ਇਹ ਕਿਹੜੀ ਫਸਲ ਆ, ਇਹਨੂੰ ਕੀ ਕਹਿੰਦੇ ਆ ਬਾਈ ਆਪਾਂ ਪੰਜਾਬੀ 'ਚ ਇਹਨੂੰ ਕੀ ਕਹਿੰਦੇ ਆ ਆਪਾਂ ਪਤਾ। ਅਤੇ ਆਹ ਵਾਲੀ ਫਸਲ ਆਪਾਂ ਵੱਢਣੀ ਆ ਬਈ ਆ ਮਸ਼ੀਨ ਨਾਲ, ਅਤੇ ਆਪਾਂ ਕਰਦੇ ਹਾਂ ਸਟਾਰਟ, ਕਿਉਂਕਿ ਕਿੱਲਾ ਦੇਖੋ ਬਾਈ ਉੱਚਾ ਨੀਵਾਂ ਜਾ, ਮੈਨੂੰ ਇਹ ਡਰ ਆ ਕਲੋਲਾ ਨਾ ਹੋ ਜਾਣ, ਪਰ ਕੋਈ ਨਹੀਂ ਯਾਰ ਆਪਾਂ ਬਾਈ ਨੇ ਕਿਹਾ ਆਪਣਾ ਨੂੰ ਕੰਮ ਕਰਨ ਨੂੰ, ਆਪਾਂ ਕਰਾਂਗੇ ਜ਼ਰੂਰ ਬਾਈ। ਸੋ ਦੇਖਦੇ ਹਾਂ, ਅਤੇ ਬਾਕੀ ਆਪਣਾ ਟਰੈਕਟਰ ਅਤੇ ਟਰਾਲੀ ਉੱਥੇ ਖੜ੍ਹੇ ਆ, ਅਤੇ ਜਿੰਨਾ ਟਾਈਮ ਆਪਾਂ ਤੋਂ ਆਹ ਮਸ਼ੀਨ ਚੱਲਦੀ ਆਪਾਂ ਚਲਾਉਂਦੇ ਹਾਂ। ਵੱਢੇ ਵੀ ਜਾਂਦੇ ਆ ਕਿ ਨਹੀਂ, ਆਹ ਲਓ ਗੇ, ਤੈਨੂੰ ਕੀ ਕਹਿੰਦੇ ਯਾਰ ਆਪਣੇ ਪੰਜਾਬੀ 'ਚ ਹੈ ਮੁੰਡਿਓ, ਆਹ ਸਰਗਮ ਇਹਨੂੰ ਕੀ ਕਹਿੰਦੇ ਆਪਾਂ, ਮਤਲਬ ਇਹ ਕਿਹੜੀ ਫਸਲ ਆ, ਮੈਨੂੰ ਲੱਗਿਆ ਸੀ ਕਣਕ ਕੁਣਕ ਵੱਢਣੀ ਹੋਊਗੀ, ਮਸ਼ੀਨ ਖੜ੍ਹੀ ਆ, ਸੋ ਤਾਂ ਕਰਕੇ ਬਾਬਿਓ, ਪਰ ਇਹ ਹੋਰ ਹੀ ਆ ਯਾਰ, ਇਹਨੂੰ ਪਤਾ ਨਹੀਂ ਕੀ ਕਹਿੰਦੇ ਆ, ਤੁਹਾਨੂੰ ਵੀ ਚਲਾ ਕੈਮਰਾ ਦਿਖਾ ਦਈਏ। ਆਹ ਚੈੱਕ ਕਰੋ ਪੂਰਾ ਵਧੀਆ ਚੱਲਦਾ ਪਿਆ ਕੰਮ, ਇੱਥੇ ਮਸ਼ੀਨ ਆਪਾਂ ਚਲਾਉਂਦੇ ਪਏ ਹਾਂ, ਪੂਰਾ ਬਾਈ ਦੀ ਵਧੀਆ ਕਰਨੀ ਆ ਆਪਾਂ ਖੇਤੀਬਾੜੀ ਇੱਥੇ। ਉਹ ਬਾਈ ਨੇ ਕਿਹਾ ਸੀ ਸਵੇਰੇ ਸਵੇਰੇ ਆ ਜੀ, ਅਤੇ ਸ਼ਾਮ ਤੱਕ ਆਪਣਾ ਇਹ ਕਿੱਲਾ ਡਨ ਹੋ ਜੂਗਾ, ਅਤੇ ਟਰੈਕਟਰ ਟਰਾਲੀਆਂ ਉੱਥੇ ਰੈਡੀ ਖੜੀਆਂ ਆਪਣੇ, ਟਰਾਲੀ ਛੋਟੀ ਆ ਵੈਸੇ ਯਾਰ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਬਾਈ ਦੇ ਘਰੇ ਖੜੀ ਆ ਸਿੱਧੂ ਦੇ, ਤਾਂ ਕਿ ਮੈਨੂੰ ਲੱਗਦਾ ਗੱਲ ਕਰਨ ਗਿਆ ਹੋਊਗਾ ਉੱਧਰ ਸਿੱਧੂ ਬਾਈ ਦੀ ਹਵੇਲੀ ਵੱਲ, ਕਿਉਂਕਿ ਬਾਈ ਦੇ ਘਰੇ ਖੜਾ ਹੈਗਾ ਵੱਡਾ ਟਰਾਲਾ ਬਾਬਿਓ। ਸੋ ਜੇ ਉਹ ਟਰਾਲਾ ਮਿਲਦਾ ਹੋਇਆ ਤਾਂ ਉਹਨੂੰ ਵਧੀਆ ਗੱਲ, ਨਹੀਂ ਤਾਂ ਫਿਰ ਉਹ ਜਿਹੜੀ ਛੋਟੀ ਜਿਹੀ ਟਰਾਲੀ ਆ ਆਪਾਂ ਉਹਦੇ ਨਾਲ ਹੀ ਕੰਮ ਸਾਰ ਲਾਂਗੇ। ਬਾਕੀ ਇੱਧਰ ਪੂਰੀ ਵਧੀਆ ਕੰਮ ਚੱਲਦਾ ਪਿਆ ਜਿੱਦਾਂ ਤੁਸੀਂ ਦੇਖ ਸਕਦੇ ਆ। ਅਰੇ ਬਾਈ 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 ਥੋੜ੍ਹਾ ਇੱਧਰ ਨੂੰ ਰੱਖਣਾ ਸੀ ਨਾ। ਅਤੇ ਬਾਈ ਇਹ ਫਸਲ ਦਾ ਨਾਂ ਦੱਸਿਓ ਯਾਰ ਮੈਨੂੰ ਕੀ ਆ ਆਪਣੇ ਪੰਜਾਬੀ 'ਚ, ਅਤੇ ਉਹਨਾਂ ਟਾਈਮ ਆਪਾਂ ਲਾਉਂਦੇ ਇੱਥੇ 2-3 ਗੇੜੇ। ਅਤੇ ਇਹ ਕੀ ਹੋ ਮਸ਼ੀਨ ਭਰ ਵੀ ਗਈ ਬੱਲੇ, ਰੁਕ 2 ਗੇੜਿਆਂ 'ਚ ਇਹ ਤਾਂ ਮਾਮੇ ਹੀਟ ਦੀ 30% ਹੋ ਗਈ, ਰੁਕ 1 ਤਾਂ ਗੇੜਾ ਹੋਰ ਲੱਗਣਾ ਮੈਨੂੰ ਲੱਗਦਾ। ਸੋ ਦੇਖਦੇ ਹਾਂ ਫਿਲਹਾਲ ਕਰ ਦਈਏ ਕੰਮ ਇਹਦਾ, ਸਹੀ ਆ, ਕਿਉਂਕਿ ਬਾਈ ਦਾ ਖੇਤ ਆਪਣੇ ਖੇਤ ਦੇ ਨਾਲ ਹੀ ਸੀ ਬਾਈ, ਤਾਂ ਕਰਕੇ ਉਹਨੂੰ ਮੈਂ ਕਿਹਾ ਸੀ, ਮੈਂ ਕਿਹਾ ਉਨਾ ਟਾਈਮ ਸਾਡੀਆਂ ਇੱਧਰ ਫਸਲਾਂ ਪੱਕਦੀਆਂ ਹੈਗੀਆਂ, ਅਸੀਂ ਤੇਰਾ ਕੰਮ ਕਰ ਦਿੰਦੇ ਹਾਂ, ਅਤੇ ਵਧੀਆ ਹੋ ਗਿਆ। ਹੋਰ ਸੁਣਾਓ ਮੁੰਡਿਓ ਕੀ ਹਾਲ ਚਾਲ ਆ, ਛੱਲੀਆਂ ਖਾਣ ਨੂੰ ਕਿਹਦਾ ਦਿਲ ਕਰਦਾ, ਆਪਣੀਆਂ ਛੱਲੀਆਂ ਪੱਕਣ ਵਾਲੀਆਂ ਬਾਈ ਜਿਹੜੀਆਂ ਆਪਾਂ ਲਾਸਟ ਟਾਈਮ ਬੀਜੀਆਂ ਸੀ। ਬਾਕੀ ਜੋ ਬਰੋ ਲਾਈਕ ਜ਼ਰੂਰ ਕਰ ਦਿਓ, ਅਤੇ ਲੈ ਕੇ ਆਉਂਦੇ ਆਪਾਂ ਬਾਅਦ 'ਚ ਟਰਾਲੀ, ਆਪਣੀ ਮਸ਼ੀਨ ਭਰ ਚੁੱਕੀ ਆ, 42% ਭਰ ਚੁੱਕੀ ਆ, ਅਜੇ ਪਿਆ ਗਾ ਟਾਈਮ, 1-2 ਗੇੜੇ ਹੋਰ ਲਾਉਂਦੇ ਆਪਾਂ ਹੀ ਲਾਉਂਦੇ ਹਾਂ, ਭਈਏ ਨੂੰ ਬਾਅਦ 'ਚੋਂ ਕਹਾਂਗੇ। ਓਏ ਹੋਏ ਮਸ਼ੀਨ ਚਲਾਉਣੀ ਵਧੀਆ ਲੱਗਦੀ ਯਾਰ, ਮਸ਼ੀਨ ਚਲਾਉਣੀ ਵਧੀਆ ਲੱਗਦੀ ਬਾਬਿਓ, ਨਾਈਸ। ਹੁਣ ਪਤਾ ਨਹੀਂ ਮੈਂ ਕਿੱਡਾ ਵੱਡਾ ਗੇੜਾ ਲੈ ਲਿਆ ਇੱਥੇ, ਚਲੋ ਵਧੀਆ, ਅੰਦਰੋਂ ਵੀ ਪੂਰਾ ਨਜ਼ਾਰਾ ਆਉਂਦਾ ਚਲਾਉਣ ਨੂੰ, ਸੈੱਟ ਆ ਮਾਹੌਲ, ਕੋਈ ਚੱਕਰ ਨਹੀਂ, ਅੰਦਰੋਂ ਹੀ ਚਲਾਉਂਦੇ ਹਾਂ ਬਾਈ, ਪੂਰਾ ਏਸੀ ਲੱਗਿਆ ਗਾ, ਆਰਾਮ ਨਾਲ ਆਪਾਂ ਬੈਠੇ ਹਾਂ, 50% ਆਪਣੀ ਇਹ ਮਸ਼ੀਨ ਦੀ ਉਹ ਭਰੀ ਗਈ ਆ, ਅਤੇ ਬਾਅਦ 'ਚੋਂ ਆਪਾਂ ਆਪ ਹੀ ਜਾਣਾ ਪੈਣਾ ਆਪਾਂ ਨੂੰ ਇੱਥੇ, ਆਪਾਂ ਭਈਆ ਲਾ ਜਾਂਗੇ, ਭੱਜ ਕੇ ਜਾਂਦੇ ਹਾਂ ਕਿਉਂਕਿ ਟਰੈਕਟਰ ਟਰਾਲੀ ਉੱਥੇ ਹੀ ਖੜ੍ਹੇ ਆ, ਅਤੇ ਇੱਥੇ ਲਾ ਜਾਂਗੇ ਆਪਾਂ ਭਈਆ। ਅਤੇ ਆਹ ਲਾਸਟ ਗੇੜਾ ਹੀ ਆਪਾਂ ਲਾਉਣਾ ਗਾ, ਅਤੇ ਲੈ ਕੇ ਆਉਂਦੇ ਹਾਂ ਆਪਣਾ ਟਰੈਕਟਰ, ਅਰਜਨ ਟਰੈਕਟਰ, ਅਤੇ ਉਹ ਬਾਈ ਦਾ ਟਰੈਕਟਰ ਵੀ ਪਤਾ ਨਹੀਂ ਕਿਹੜਾ ਗਾ, ਉਹਨੇ ਕਿਹਾ ਸੀ ਮੇਰਾ ਟਰੈਕਟਰ ਵੀ ਸਿੱਧੂ ਦੀ ਹਵੇਲੀ ਖੜ੍ਹਾ ਬਾਈ, ਜੇ ਚੱਕਣਾ ਹੋਇਆ ਚੱਕ ਲਈ, ਮੈਂ ਕਿਹਾ ਜ਼ਰੂਰ ਬਾਈ, ਕਾਫੀ ਟਾਈਮ ਲੱਗ ਗਿਆ ਨਾ ਇੱਥੇ ਬਾਬਿਓ, ਪਰ ਕੋਈ ਨਾ ਆਪਾਂ ਲਾਸਟ ਗੇੜਾ ਲਾਉਣਾ, ਨਹੀਂ ਇੱਦਾਂ ਕਰਦੇ ਇੱਥੇ ਆਪਾਂ ਭਈਏ ਨੂੰ ਲਾ ਦਿੰਦੇ ਹੁਣ, ਅਤੇ ਆਪਾਂ ਉਤਰ ਕੇ ਜਾਂਦੇ ਹਾਂ। ਮਸ਼ੀਨ ਚੈੱਕ ਕਰੋ ਬਾਬਿਓ, ਘੈਂਟ ਆ ਨਾ, ਪਤਾ ਨਹੀਂ ਕਿਹੜੀ ਕੰਪਨੀ ਦੀ ਆ, ਸਿਰਾ ਮਾਹੌਲ।
ਤੇ ਇਧਰ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਆਪਣੇ ਗਵਾਂਢੀਆਂ ਦੇ ਖੇਤ ਹੀ ਆ ਹੁਣ ਜਿੱਦਾਂ ਮੈਂ ਜਾਣਾ ਪਿਆ ਆਹ ਪਤਾ ਨਹੀਂ ਸਰੋਂ ਦੇ ਫੁੱਲ ਲੱਗਿਆ ਤੇ ਕੀ ਲੱਗਿਆ ਬਈ ਇਹਨੂੰ ਕੀ ਕਹਿੰਦੇ ਹੋਏ ਕਨੋਲਾ ਪਤਾ ਨਹੀਂ ਤੇ ਆਹ ਇਧਰਲੇ ਪਾਸੇ ਇਹ ਆਪਣੀਆਂ ਬਈ ਇੱਥੇ ਆਪਾਂ ਬੀਜੀ ਸੀਗੀ ਕਣਕ ਬੀਜੀ ਸੀਗੀ ਤੇ ਇਹ ਹਜੇ ਉੱਗੀ ਨਹੀਂ ਪਤਾ ਨਹੀਂ ਉੱਗਦੀ ਪਈ ਆ ਤੇ ਆਹ ਪਤਾ ਨਹੀਂ ਕੋਈ ਹਲ ਮਾਰ ਗਿਆ ਸੀ ਯਾਰ ਰਾਤ ਆਪਾਂ ਸੁੱਤੇ ਪਏ ਸੀ ਨਾ ਕੋਈ ਇੱਥੇ ਪੈਲੀ ਖਰਾਬ ਕਰ ਗਿਆ ਆਪਣੀ ਬਈ ਚਲੋ ਕੋਈ ਚੱਕਰ ਨਹੀਂ ਤੇ ਇੱਧਰ ਤਾਂ ਆਪਣੀਆਂ ਛੱਲੀਆਂ ਤੁਹਾਨੂੰ ਪਤਾ ਹੀ ਆ ਹਨਾ ਅਤੇ ਉਹ ਪਿੱਛੇ ਸਿੱਧੂ ਬਾਈ ਦੀ ਹਵੇਲੀ ਹੈ ਜਿਹਨੂੰ ਨਹੀਂ ਪਤਾ ਅਤੇ ਆਹ ਛੱਲੀਆਂ ਬਾਈ ਆਪਣੀਆਂ ਵਧੀਆ ਹੋ ਗਈਆਂ ਯਾਰ ਮਿੰਟਾਂ 'ਚ ਇੱਧਰ ਚੈੱਕ ਕਰੋ ਪੂਰਾ ਵਧੀਆ ਵਿਊ ਆਉਂਦਾ ਨਾ ਪੂਰੀਆਂ ਜਿੱਦਾਂ ਲੈਣ ਵਾਰ ਆਪਾਂ ਕੀਤੀਆਂ ਸੀ ਲਾਸਟ ਟਾਈਮ ਵਧੀਆ ਹੋ ਗਿਆ ਕੰਮ ਅਤੇ ਹੁਣ ਦੇਖਦੇ ਹਾਂ ਆਪਣਾ ਅਰਜੁਨ ਆਹ ਖੜਾ ਬਾਈ ਅਰਜੁਨ ਦੇ ਪਿੱਛੇ ਟਰਾਲੀ ਜਿਹੜੀ ਇਹ ਬਾਈ ਨੇ ਆਪਾਂ ਨੂੰ ਦਿੱਤੀ ਸੀ ਆਹ ਚੈੱਕ ਕਰੋ ਛੋਟੀ ਜਿਹੀ ਟਰਾਲੀ ਆ ਅਤੇ ਉਹਦੀ ਬਾਈ ਦੀ ਓਏ ਹੋ ਆਹ ਖੜਾ ਬਾਈ ਬਾਈ ਦਾ ਟਰੈਕਟਰ ਓਏ ਮੈਨੂੰ ਲੱਗਦਾ ਇਹੀ ਆ ਬੱਲੇ ਮਹਿੰਦਰਾ ਟਰੈਕਟਰ ਦਾ ਪਿੱਛੇ ਟਰਾਲਾ ਬਾਈ ਇਹੀ ਨਾ ਲੈ ਜਾਈਏ ਯਾਰ ਅਤੇ ਟਰਾਲੀ ਲੈ ਕੇ ਚੱਲੀ ਬਾਬਿਓ ਆਹ ਲੈ ਕੇ ਜਾਵਾਂਗੇ ਆਪਾਂ ਇਹ ਤਾਂ ਚੈੱਕ ਤਾਂ ਕਰਿਓ ਤੁਸੀਂ ਪਰ ਮਹਿੰਦਰਾ ਟਰੈਕਟਰ ਖਿੱਚ ਲਓ ਬਾਈ ਐਡਾ ਟਰਾਲਾ ਦੇਖੀਏ ਟਰਾਈ ਕਰਕੇ ਓਏ ਹੋ ਸਹੀ ਆ ਉਹਨੇ ਤਾਂ ਕਿਹਾ ਸੀ ਬਾਈ ਹਵੇਲੀ ਮੂਹਰੇ ਖੜਾ ਗਿਆ ਟਰਾਲਾ ਆਪਣਾ ਮਤਲਬ ਆਪ ਉਹ ਮੈਨੂੰ ਲੱਗਦਾ ਗਿਆ ਗਾ ਚਲੋ ਲੈ ਹੀ ਲਿਆ ਬਾਈ ਉਹਨਾਂ ਦਾ ਟਰਾਲਾ ਸਿੱਧੂ ਬਾਈ ਉਹਨਾਂ ਦਾ ਟਰਾਲਾ ਅਤੇ ਬੱਲੇ ਸਿੱਧਾ ਇੱਥੇ ਜਾਂਦੇ ਹਾਂ ਬਾਈ ਕਿਉਂਕਿ ਉਹ ਟਰਾਲੀ ਜੀ ਤਾਂ ਮਿੰਟਾਂ 'ਚ ਭਰ ਜਾਣੀ ਹੈ ਅਤੇ ਨਾਲੇ ਆਪਾਂ ਬਾਈ ਦਾ ਟਰੈਕਟਰ ਚਲਾ ਲਾਂਗੇ ਮਹਿੰਦਰਾ ਅਤੇ ਨਾਲੇ ਤੁਹਾਡੇ 'ਚੋਂ ਆਇਆ ਸੀ ਬਾਈ ਕਮੈਂਟ ਆਇਆ ਸੀ ਕਿਸੇ ਦਾ ਕਿ ਬਾਈ ਮਹਿੰਦਰਾ ਟਰੈਕਟਰ ਲੈ ਕੇ ਆਇਓ ਸੋ ਆਹ ਚੈੱਕ ਕਰੋ ਆਪਣੇ ਗੁਆਂਢੀਆਂ ਦਾ ਬਾਈ ਆਹ ਮਹਿੰਦਰਾ ਟਰੈਕਟਰ ਹੀ ਆ ਪੂਰੀ ਆਉਂਦੀ ਹੈ ਨਾ ਫੀਲਿੰਗ ਅਤੇ ਪਿੱਛੇ ਬਾਈ ਪਤਾ ਨਹੀਂ ਕਿੰਨੇ ਫੁੱਟਾਂ ਟਰਾਲਾ ਹੈਗਾ ਅਤੇ ਤੁਹਾਨੂੰ ਕੀ ਲੱਗਦਾ ਜਦੋਂ ਉਹ ਮਸ਼ੀਨ ਲੱਗੀ ਪਈ ਆ ਉੱਥੇ ਆਪਾਂ ਪਹੁੰਚਦੇ ਉੱਥੇ ਆਰਾਮ ਨਾਲ ਜੇ ਲੋੜ ਪੈ ਗਈ ਆਪਾਂ ਆਪਣੀ ਟਰਾਲੀ ਵੀ ਛੋਟੀ ਚੱਕ ਲਾਂਗੇ ਅਤੇ ਪਰ ਮੈਨੂੰ ਨਹੀਂ ਲੱਗਦਾ ਕਿ ਲੋੜ ਪਊਗੀ ਕਿਉਂਕਿ ਇੱਧਰ ਚੈੱਕ ਕਰਿਓ ਐਡੇ ਟਰਾਲੇ 'ਚ ਸਾਰਾ ਕੰਮ ਆ ਜਾਣਾ ਬਾਬਿਓ ਸੋ ਆਪਾਂ ਦੇਖਦੇ ਹਾਂ ਪਰ ਮਹਿੰਦਰਾ ਆਪਣਾ ਬਾਈ ਬੁੱਕਦਾ ਸਹੀ ਆ ਬਾਈ ਅਤੇ ਆਪਣੇ ਗੁਆਂਢੀ ਦਾ ਟਰੈਕਟਰ ਆ ਮਹਿੰਦਰਾ ਬਾਬਿਓ ਅਤੇ ਹੁਣ ਦੇਖਦੇ ਹਾਂ ਖਾਲੀ ਟਰਾਲੇ ਨੂੰ ਤਾਂ ਇਹ ਭਜਾਈ ਫਿਰਦਾ ਜਦੋਂ ਇਹ ਭਰ ਗਿਆ ਉਦੋਂ ਚੈੱਕ ਕਰਾਂਗੇ ਮੈਂ ਤਾਂ ਕਰਦਾ ਇੱਧਰ ਹੀ ਲੈ ਜਾਂਦਾ ਇਹਨੂੰ ਉਹ ਥੋੜ੍ਹੀ ਜਿਹੀ ਛੱਡ ਗਿਆ ਬਈ ਆਹ ਬੱਲੇ ਬੱਲੇ ਕੀ ਕਰੀ ਜਾਂਦਾ ਉਹ ਪੂਰਾ ਟਰਾਲਾ ਭਰ ਗਿਆ ਬਾਈ ਮੈਂ ਚੈੱਕ ਕਰਨਾ ਇਹ ਮਹਿੰਦਰਾ ਟਰੈਕਟਰ ਖਿੱਚ ਲੂਗਾ ਕਿ ਨਹੀਂ ਸੋ ਇਹ ਤਾਂ ਗਾਹ ਪਾਈ ਜਾਂਦਾ ਆਪਣਾ ਮਸ਼ੀਨ ਵਾਲਾ ਬਾਈ ਸੋ ਆਪਾਂ ਨਾ ਇੱਧਰਲੇ ਪਾਸੇ ਲਾ ਲੈਂਦੇ ਹਾਂ ਇਹਨੂੰ ਲੱਗ ਜੂਗਾ ਪਤਾ ਕੀ ਆ ਗਿਆ ਚੋਪਰ ਓਏ ਰੁਕ ਜਾ ਸੋਰੀ ਮੁੜਦਾ ਵੀ ਨਹੀਂ ਓਏ ਚੱਲ ਟਰਾਲਾ ਜ਼ਿਆਦਾ ਹੀ ਵੱਡਾ ਮੇਰੇ ਵੀਰੇ ਚਲੋ ਹੁਣ ਦੇਖਦੇ ਹਾਂ ਚੱਲ ਚੋਪਰਾ ਬਾਈ ਫਸਟ ਪਰਸਨ 'ਚ ਨਜ਼ਾਰਾ ਆਉਂਦਾ ਯਾਰ ਦੇਖਣ ਦਾ ਹੀ ਤਾਂ ਚੈੱਕ ਕਰੋ ਪੂਰੀ ਵਧੀਆ ਡਰਾਈਵਰੀ ਮਤਲਬ ਕਹਿੰਦੇ ਨਹੀਂ ਹੁੰਦੇ ਪਰ ਮੈਂ ਦੇਖਣਾ ਤਾਂ ਦੇਖਦੇ ਹਾਂ ਆ ਗਿਆ ਓਕੇ ਚੱਲ ਵੈਰੀ ਗੁੱਡ ਜੀ ਰੁਕ ਜਾ ਬਾਈ ਰੁਕ ਜਾ ਇੱਥੇ ਕਿਉਂਕਿ ਮਸ਼ੀਨ ਮੈਨੂੰ ਲੱਗਦਾ ਪੂਰੀ ਭਰ ਗਈ ਆ ਆਪਾਂ ਵੀ ਇਹ ਕੰਮ ਸੈੱਟ ਲਈਏ ਪੂਰੇ ਅਤੇ ਬਾਕੀ ਮੁੰਡਾ ਟਰੈਕਟਰ ਕਿੱਦਾਂ ਲੱਗਿਆ ਯਾਰ ਘੈਂਟ ਵਾਲਾ ਉਹ ਧਾਲੀਵਾਲ ਕਹਿ ਕੇ ਗਿਆ ਸੀ ਬਾਈ ਮੈਂ ਆਇਆ ਕੰਮ ਤੋਂ ਤੂੰ ਮੇਰਾ ਟਰੈਕਟਰ ਲੈ ਜੀ ਬਾਈ ਇਹ ਧਾਲੀਵਾਲ ਦਾ ਖੇਤ ਆ ਸੋ ਖਿੱਚ ਕੇ ਰੱਖਿਆ ਪਿਆ ਕੰਮ ਚੈੱਕ ਕਰੋ ਤੁਸੀਂ ਟਰਾਲਾ ਓਏ ਹੋਏ ਮੈਨੂੰ ਲੱਗਦਾ ਪੂਰੀ ਮਸ਼ੀਨ ਖਾਲੀ ਹੋ ਗਈ ਟਰਾਲਾ ਹਜੇ 3% ਹੀ ਭਰਿਆ ਬਾਬਿਓ ਪਰ ਆਪਾਂ ਮਹਿੰਦਰਾ ਟਰੈਕਟਰ ਦਾ ਜ਼ੋਰ ਦੇਖਾਂਗੇ ਕਿਹੜਾ ਨਾ ਆਪਾਂ ਪੂਰਾ ਕਰਾ ਲਈਏ ਬਸ ਬੁੱਲ ਸਹੀ ਆ ਮਾਹੌਲ ਪੂਰਾ ਸੈੱਟ ਆ ਲੱਗਦਾ ਜ਼ੋਰ ਲੱਗਦਾ ਬਾਈ ਹੁਣ ਇੱਦਾਂ ਕਰਦੇ ਹਾਂ ਥੋੜ੍ਹਾ ਜਿਹਾ ਦਿੰਦੇ ਹਾਂ ਆਪਣੇ ਮਸ਼ੀਨ ਵਾਲੇ ਨੂੰ ਟਾਈਮ ਫਿਰ ਅਤੇ ਆਪਾਂ ਟਰੈਕਟਰ ਇੱਥੇ ਪੈਕ ਕਰਕੇ ਲਾ ਲੈਂਦੇ ਹਾਂ ਜਿੰਨਾ ਟਾਈਮ ਉਹ ਬਾਈ ਕਰਦਾ ਕੰਮ ਵੇਟ ਕਰਨੀ ਪੈਣੀ ਆ ਆਪਾਂ ਨੂੰ ਓਹੋ ਲੱਗੂਗਾ ਜ਼ੋਰ ਬਾਬਿਓ ਮੈਨੂੰ ਲੱਗਦਾ ਲੱਗੂਗਾ ਪੂਰਾ ਜ਼ੋਰ ਕਿਉਂਕਿ ਮਹਿੰਦਰਾ ਚੱਕਦਾ ਪਿਆ ਅਗਲੇ ਟਾਇਰ ਬਾਕੀ ਦੇਖਦੇ ਹਾਂ ਉਹ ਸਾਨੂੰ ਨਾ ਮਿਦੀ ਭਰਾਵਾ ਖਿੱਚਦੇ ਕੰਮ ਨੂੰ ਖਿੱਚਦੇ ਇਹਨੂੰ ਲੱਗਣਾ ਹੈਗਾ ਟਾਈਮ ਮੇਰੇ ਵੀਰਿਓ ਅਤੇ ਜਦੋਂ ਇਹ ਆ ਗਿਆ ਨਾ ਦੋ ਤਿੰਨ ਗੇੜੇ ਹੋਰ ਲਾ ਕੇ ਫਿਰ ਆਪਾਂ ਟਰਾਲੀ ਪੂਰੀ ਭਰਦੇ ਹਾਂ ਅਤੇ ਫਿਰ ਮੈਂ ਤੁਹਾਨੂੰ ਦਿਖਾਉਂਦਾ ਅਤੇ ਲਓ ਮੇਰੇ ਵੀਰਿਓ ਇੱਕ ਗੇੜਾ ਹੋਰ ਮਸ਼ੀਨ ਇੱਕ ਵਾਰੀ ਹੋਰ ਭਰ ਗਈ ਆ ਅਤੇ ਆਪਾਂ ਹੁਣ ਜਾਂਦੇ ਹਾਂ ਇਹਦੇ ਕੋਲ ਟਰਾਲੇ ਦੇ ਕੋਲ ਅਤੇ ਜਿੰਨਾ ਮਾਲ ਹੈਗਾ ਕਰਦੇ ਹਾਂ ਖਾਲੀ ਅਤੇ ਦੇਖਦੇ ਹਾਂ ਟਰਾਲਾ ਆਪਣਾ ਕਿੰਨਾ ਕੁ ਭਰੂਗਾ ਕਿੰਨਾ ਕੁ ਨਹੀਂ ਸੋ ਦੋ ਵਾਰੀ ਤੁਸੀਂ ਲਾ ਲਓ ਹਿਸਾਬ ਕਿੱਲੇ 'ਚੋਂ ਦੋ ਵਾਰੀ ਪੂਰੀ ਮਸ਼ੀਨ ਭਰ ਗਈ ਆ ਅਤੇ ਆਹ ਦੂਜੀ ਵਾਰੀ ਆ ਲਓ ਮਾਹੌਲ ਪੂਰਾ ਸੈੱਟ ਆ ਕਰਦੇ ਹਾਂ ਖਾਲੀ ਦਾਣੇ ਲੈਟਸ ਗੋ ਬਾਈ ਆਲੂ ਜੇ ਲੱਗਦੇ ਆ ਹੈ ਨਾ ਮੁੰਡੋ ਕਿ ਨਹੀਂ
ਜਾਂ ਬੇਰ ਜੇ ਲੱਗਦੇ ਨਹੀਂ ਬੇਰ ਤਾਂ ਐਵੇਂ ਕਹੀਏ ਨਾ ਪਤਾ ਨਹੀਂ ਕੀ ਆੜੂ ਜੇ ਲੱਗਦੇ ਪਤਾ ਨਹੀਂ ਕੀ ਚੱਕਰ ਹੈ ਅਤੇ ਬਾਕੀ ਤੁਸੀਂ ਦੱਸਿਓ ਕੀ ਹੈ ਬਾਈ ਅਤੇ ਕਿੱਲਾ ਆਪਣਾ ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਹੋ ਗਿਆ ਅਤੇ ਫਿਲਹਾਲ ਨਾ ਆਪਾਂ ਆਹ ਖਾਲੀ ਕਰਕੇ ਭਈਏ ਨੂੰ ਲਾਉਂਦੇ ਹਾਂ ਅਤੇ ਆਪਾਂ ਜਿੰਨੇ ਆ ਨਿਕਲਿਆ ਨਾ ਮਾਲ ਪੱਤਾ ਇਹਨੂੰ ਆਪਾਂ ਜਾਂਦੇ ਹਾਂ ਵੇਚਣ ਓਕੇ ਉਹਨਾਂ ਟਾਈਮ ਨੂੰ ਫਿਰ ਭਰ ਜੂਗਾ ਅਤੇ ਇਹਨੂੰ ਜਾਂਦੇ ਆਪਾਂ ਵੇਚਣ ਅਤੇ ਲਓ ਬਈ ਇੱਥੇ ਆਪਾਂ ਫਿਰ ਲਾ ਦਿੰਦੇ ਹਾਂ ਆਪਣੇ ਭਈਏ ਨੂੰ ਓਕੇ ਇੱਥੇ ਕਰੋ ਹਾਇਰ ਅਤੇ ਇਹਨੇ ਲੱਗ ਗਿਆ ਨਾ ਕੰਮ ਤਾਂ ਇੱਥੇ ਸਹੀ ਆ ਅਤੇ ਹੁਣ ਆਪਾਂ ਦੇਖਦੇ ਹਾਂ ਚਲਾ ਕੇ ਆਪਣਾ ਮੈਸੀ ਬਈ ਸੋ ਕੀ ਲੱਗਦਾ ਮੈਸੀ ਕਹੀ ਆ ਨਾ ਮਹਿੰਦਰਾ ਸੱਚ ਇਹਨਾਂ ਤਾਂ ਆਰਾਮ ਨਾਲ ਹੀ ਖਿੱਚੀ ਜਾਂਦਾ ਬੱਲੇ ਮੈਨੂੰ ਲੱਗਿਆ ਸੀ ਕਰੂਗਾ ਕਲੋਲਾਂ ਪਰ ਹੈਗੀ ਗੱਲਬਾਤ ਬਾਬਿਓ ਐਵੇਂ ਨਹੀਂ ਮਹਿੰਦਰਾ ਪਰ ਟਰਾਲਾ ਵੀ ਨਾ ਹਜੇ ਪੂਰਾ ਪਾਰਾ ਹੋਇਆ ਨਹੀਂ ਯਾਰ ਐਵੇਂ ਧੱਕਾ ਕਰੀ ਜਾਂਦੇ ਆਪਾਂ ਮਹਿੰਦਰਾ ਨਾਲ ਬਾਈ ਕਿ ਨਹੀਂ ਚਲੋ ਕੋਈ ਚੱਕਰ ਹੁਣ ਜਿੰਨਾ ਕੁ ਹੈਗਾ ਆਪਣਾ ਨੂੰ ਜਾਣਾ ਤਾਂ ਪੈਣਾ ਬਾਈ ਵੇਚਣ ਅਤੇ ਪੂਰਾ ਭਰ ਕੇ ਚੱਲੇ ਪੂਰਾ ਭਰ ਕੇ ਜਾਵਾਂਗੇ ਯਾਰ ਵੇਟ ਕਰ ਲੈਂਦੇ ਬਾਬੇ ਅਤੇ ਲਓ ਵੀ ਮੁੰਡੇ ਕਰਦੇ ਕਰਾਉਂਦੇ ਆਪਾਂ ਕਿੱਲੇ ਦਾ ਕਰਤਾ ਕੂੰਡਾ ਮਤਲਬ ਕਰਤਾ ਕੰਮ ਫਿਨਿਸ਼ ਤੁਸੀਂ ਵੀ ਦੇਖ ਸਕਦੇ ਹੋ ਬਾਈ ਦੋ ਮਸ਼ੀਨਾਂ ਖੜੀਆਂ ਹੁਣ ਪਹਿਲਾਂ ਤਾਂ ਇੱਕ ਹੀ ਸੀ ਬਾਬੇ ਇੱਦਾਂ ਕੀਤਾ ਸੀ ਮੈਂ ਇੱਕ ਮਸ਼ੀਨ ਹੋਰ ਮੰਗਾ ਲਈ ਸੀ ਬਾਈ ਕਿਉਂਕਿ ਲੱਗ ਜਾਣਾ ਸੀ ਆਪਣਾ ਨੂੰ ਬਹੁਤ ਜ਼ਿਆਦਾ ਟਾਈਮ ਸੋ ਤਾਂ ਕਰਕੇ ਮੇਰੇ ਵੀਰੋ ਅਤੇ ਆਹ ਜਿਹੜੀ ਮਸ਼ੀਨ ਖੜੀ ਹੈ ਇੱਧਰ ਇਹ ਮੰਗਾ ਲਈ ਸੀ ਆਪਾਂ ਅਤੇ ਮਿੰਟਾਂ 'ਚ ਬਾਈ ਆਹ ਦੋਵੇਂ ਮਸ਼ੀਨਾਂ ਨੇ ਨਾ ਧੱਕ ਪਾ ਤੀ ਪਰ ਗੱਲ ਇਹ ਹੋਈ ਉਹ ਮਸ਼ੀਨ ਹੁਣ ਨਾ ਖੁੱਭ ਗਈ ਉੱਥੇ ਬਾਬਿਓ ਉੱਥੋਂ ਹੁਣ ਤੁਰਦੀ ਨਹੀਂ ਪਈ ਪਰ ਕੋਈ ਚੱਕਰ ਨਹੀਂ ਆਪਣਾ ਕੰਮ ਹੋ ਗਿਆ ਬਾਬਿਓ ਅਤੇ ਹੁਣ ਨਾ ਆਪਾਂ ਜਿਹੜਾ ਮਾਲ ਪੱਤਾ ਹੈਗਾ ਟਰਾਲੇ 'ਚ ਭਰਦੇ ਹਾਂ ਅਤੇ ਆਪਾਂ ਜਾਂਦੇ ਹਾਂ ਆਪਣਾ ਕੰਮ ਫਿਨਿਸ਼ ਕਰਕੇ ਤੋ ਬਾਈ ਵੀ ਖੁਸ਼ ਹੋ ਜੂਗਾ ਸੋ ਤਾਂ ਕਰਕੇ ਮੇਰੇ ਵੀਰੇ ਦੋ ਮਸ਼ੀਨਾਂ ਦਾ ਕੰਮ ਸੀ ਵੈਸੇ ਇੱਥੇ ਕਿਉਂਕਿ ਕਿੱਲਾ ਕਾਫੀ ਵੱਡਾ ਸੀ ਅਤੇ ਬਾਕੀ ਤੁਸੀਂ ਦੱਸਿਓ ਬਾਈ ਕਿੱਦਾਂ ਲੱਗਿਆ ਮਾਹੌਲ ਸੈੱਟ ਆ ਨਾ ਹੁਣ ਮੈਨੂੰ ਲੱਗਦਾ ਟਰਾਲਾ ਆਪਣਾ ਭਰ ਸਕਦਾ ਪੂਰਾ ਅਤੇ ਮਹਿੰਦਰਾ ਟਰੈਕਟਰ ਦੀ ਪਾਵਰ ਦਾ ਪਤਾ ਹੁਣ ਲੱਗਣਾ ਮੇਰੇ ਵੀਰੇ ਕਿਉਂਕਿ ਉਹ ਵੀ ਮਸ਼ੀਨ ਮੈਨੂੰ ਲੱਗਦਾ ਪੂਰੀ ਭਰੀ ਪਈ ਆ ਸੋ ਆਪਾਂ ਜਾਂਦੇ ਹਾਂ ਉਹ ਮਸ਼ੀਨ ਦੇ ਕੋਲ ਜਾਣਾ ਪੈਣਾ ਕਿਉਂਕਿ ਖੁੱਭੀ ਪਈ ਆ ਉੱਥੇ ਬਾਬਿਓ ਸੋ ਤਾਂ ਕਰਕੇ ਨਾ ਮੇਰੇ ਵੀਰੇ ਉਹਦਾ ਮਾਲ ਪੱਤਾ ਟਰਾਲੇ 'ਚ ਭਰ ਕੇ ਫਿਰ ਆਪਾਂ ਨਿਕਲਦੇ ਹਾਂ ਅੱਜ ਕੀਤਾ ਪੂਰਾ ਵਧੀਆ ਕੰਮ ਆ ਵਿੱਚ ਵਿੱਚ ਥੋੜ੍ਹਾ ਥੋੜ੍ਹਾ ਪਿਆ ਗਾ ਮਾਲ ਪੱਤਾ ਪਰ ਇਹ ਕੋਈ ਨਾ ਆਪਾਂ ਭਈਆਂ ਨੂੰ ਕਹਿ ਦਾਂਗੇ ਕਿ ਤੁਸੀਂ ਇਹਨੂੰ ਕਰ ਦਿਓ ਕਲੀਅਰ ਅਤੇ ਆਪਾਂ ਉਤਰਦੇ ਹਾਂ ਮਸ਼ੀਨ ਤੋਂ ਅਤੇ ਇਹ ਹੁਣ ਜਾਊਗੀ ਆਪਣੇ ਘਰ ਅਤੇ ਚਲਾਉਂਦੇ ਹਾਂ ਆਪਣਾ ਮਹਿੰਦਰਾ ਕੀ ਲੱਗਦਾ ਮੁੰਡੇ ਖਿੱਚ ਲੂਗਾ ਟਰਾਲੇ ਨੂੰ ਹੁਣ ਕੀ ਲੱਗਦਾ ਹਜੇ ਵੀ ਟਰਾਲਾ ਓਹੋ ਸਲਿੱਪ ਜੇ ਤਾਂ ਮਾਰੇ ਸੀਗੇ ਹੁਣ ਲਾਉਂਦਾ ਜ਼ੋਰ ਹੁਣ ਲੱਗਦਾ ਜ਼ੋਰ ਮੇਰੇ ਵੀਰੋ ਮਹਿੰਦਰਾ ਦਾ ਪਰ ਦੱਬਦਾ ਨਹੀਂ ਵੈਰੀ ਗੁੱਡ ਯਾਰ ਆਹ ਇੱਕ ਵਾਰੀ ਭਰਾ ਲਈਏ ਪੂਰਾ ਅਤੇ ਫਿਰ ਦੇਖਦੇ ਹਾਂ ਆਪਾਂ ਰੁਕ ਜਾਓ ਟਰਾਲੇ ਨੂੰ ਇੱਥੇ ਲਾ ਦਿੰਦੇ ਹਾਂ ਸਹੀ ਆ ਅਤੇ ਉੱਤਰ ਕੇ ਨਾ ਤੁਹਾਨੂੰ ਦੇਖੋ ਨਾ ਮਸ਼ੀਨ ਕਿਉਂਕਿ ਨਾ ਇੱਥੇ ਫਸੀ ਪਈ ਆ ਮੇਰੇ ਵੀਰੇ ਉਹਦੇ ਟਾਇਰ ਨਾ ਮਿੱਟੀ 'ਚ ਖੁੱਭ ਗਿਆ ਗਾਰੇ 'ਚ ਚੈੱਕ ਕਰੋ ਤੁਸੀਂ ਕਿਉਂਕਿ ਇਹ ਕੰਮ ਹੋ ਗਿਆ ਸੀ ਇੱਧਰ ਦੇਖੋ ਤੁਰਦੀ ਵੀ ਨਹੀਂ ਜਿਵੇਂ ਤੋਰੂੰਗਾ ਨਾ ਉੱਧਰ ਦੇਖੋ ਟਾਇਰ ਸਲਿੱਪ ਮਾਰ ਦੇਣ ਹੋਰ ਨਾ ਕਹਿ ਦਿਓ ਬਰਾੜ ਬਾਈ ਝੂਠ ਬੋਲਦਾ ਉੱਧਰ ਦੇਖੋ ਟਾਇਰ ਦੇਖੋ ਇਹ ਫਸ ਗਈ ਮਸ਼ੀਨ ਨਾ ਪਿੱਛੇ ਨੂੰ ਹੁੰਦੀ ਨਾ ਅੱਗੇ ਨੂੰ ਸੋ ਤਾਂ ਕਰਕੇ ਆਪਣੇ ਨੂੰ ਟਰਾਲਾ ਇੱਥੇ ਹੀ ਲੈ ਕੇ ਆਉਣਾ ਪਿਆ ਪਰ ਆਪਾਂ ਹੁਣ ਇਹਦਾ ਪੈਪ ਨਾਲ ਪੂਰਾ ਭਰ ਦਈਏ ਮਾਲ ਪੱਤਾ ਪੈ ਜੂਗਾ ਕਿ ਨਹੀਂ ਅਰੇ ਬਾਈ ਪੈਂਦਾ ਕਾਹ ਤੂੰ ਨਹੀਂ ਪੈ ਗਿਆ ਪੈ ਗਿਆ ਸਹੀ ਸਹੀ ਉਹ ਬੱਲੇ 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 ਜਾਂਦਾ ਮਾਲ ਪੱਤਾ ਪੂਰਾ ਥੱਲੇ ਨੂੰ ਓਹੋ ਮਿੰਟਾਂ 'ਚ ਪੈ ਗਿਆ ਲਓ ਬਾਈ ਇਹ ਹੁਣ ਜ਼ਿੰਮੇਵਾਰੀ ਆਪਣੀ ਨਹੀਂ ਮਸ਼ੀਨਾਂ ਇੱਥੇ ਫਸ ਗਈ ਆ ਵਾਲੀ ਅਤੇ ਇਹਨੂੰ ਕੱਢਣ ਦੀ ਜ਼ਿੰਮੇਵਾਰੀ ਹੁਣ ਉਹ ਬੰਦੇ ਦੀ ਹੈ ਸੋ ਆਪਾਂ ਹੁਣ ਆਪਣਾ ਕੰਮ ਹੈਗਾ ਆਪਾਂ ਨਿਕਲਦੇ ਹਾਂ ਇੱਥੋਂ ਆਪਣਾ ਟਰੈਕਟਰ ਲੈ ਕੇ ਵੀ ਆਰਾਮ ਨਾਲ ਹੀ ਕੱਢ ਲਿਆ ਨੇ ਤਾਂ ਬੱਲੇ ਮਹਿੰਦਰਾ ਉਹ ਵੀ ਯਾਰ ਮੈਨੂੰ ਲੱਗਿਆ ਸੀ ਬਾਈ ਪਾਊਗਾ ਡਾਟ ਡੂਟ ਪਰ ਈਜ਼ੀ ਵੈਰੀ ਗੁੱਡ ਯਾਰ ਇਹ ਤਾਂ ਚੋਬਰ ਆਪਣਾ ਦੱਬਦਾ ਵੀ ਨਹੀਂ ਟਰਾਲਾ ਵੈਸੇ ਭਰਿਆ ਹੈਗਾ ਤੁਸੀਂ ਚੈੱਕ ਕਰੋ ਪੂਰਾ ਵੀ ਨਹੀਂ ਭਰਿਆ ਵੈਸੇ ਪਰ ਇੱਧਰ ਵੇਖੋ ਅੱਧੇ ਤੂੰ ਤਾਂ ਜ਼ਿਆਦਾ ਹੀ ਆ ਹਨਾ ਬਾਬੇ ਕਿ ਚਲੋ ਵੀ ਮੁੰਡੇ ਹੁਣ ਆਪਾਂ ਨਾ ਜਿਹੜਾ ਮਾਲ ਆ ਇਹਨੂੰ ਛੱਡਿਆ ਆਈਏ ਕਿੱਥੇ ਛੱਡ ਕੇ ਆਉਣਾ ਇਹ ਵੀ ਤੁਹਾਨੂੰ ਲੱਗ ਜੂ ਪਤਾ ਸੋ ਜਲਦੀ ਜਲਦੀ ਜਾਂਦੇ ਹਾਂ ਬਿਨਾਂ ਟਾਈਮ ਖਰਾਬ ਕੀਤੇ ਅਤੇ ਇਹਨੂੰ ਆਉਂਦੇ ਹਾਂ ਆਪਾਂ ਛੱਡ ਕੇ ਸੋ ਹਨੇਰੀ ਬਣਾਉਣ ਦਿਓ ਮੈਨੂੰ ਆਪਣਾ ਟਰੈਕਟਰ ਸਿੱਧਾ ਤੁਹਾਨੂੰ ਉੱਥੇ ਜਾ ਕੇ ਮਿਲਦਾ ਜਿੱਥੇ ਆਪਾਂ ਛੱਡ ਕੇ ਆਉਣਾ ਇਹਨੂੰ ਬਾਈ ਨਹੀਂ ਤਾਂ ਟਾਈਮ ਬਹੁਤ ਲੱਗ ਗਿਆ ਬਾਈ ਦੇਖੋ ਮੈਂ ਛੱਡਣ ਦੇ ਚੱਕਰ 'ਚ ਨਾ ਇਹਨੂੰ ਪਹਾੜ 'ਤੇ ਪਾ ਲਿਆ ਹੁਣ ਮੈਂ ਰੇਸਾਂ 'ਚ ਛੱਡਤੀ ਨਾ ਟਰੈਕਟਰ ਨੇ ਆਪਣੇ ਨੂੰ ਪਿੱਛੇ ਨੂੰ ਰੁੜ ਜਾਣਾ ਤੁਹਾਨੂੰ ਦਿਖਾਉਣਾ ਮੈਂ ਕਿੱਥੇ ਫਿਰਦਾ ਇੱਧਰ ਚੈੱਕ ਕਰੋ ਪੂਰਾ ਇੱਕ ਹਿਸਾਬ ਦਾ ਪਹਾੜ ਹੀ ਆ ਪਰ ਆਪਣਾ ਟਰੈਕਟਰ ਨਾ ਝੋਟਾ ਦੱਬਦਾ ਨਹੀਂ ਪਿਆ ਮਹਿੰਦਰਾ ਹੈਗਾ ਮੇਰੇ ਵੀਰੋ ਐਡਾ ਵੱਡਾ ਟਰਾਲਾ ਪਹਾੜ 'ਤੇ ਚਲਾਉਣਾ ਸੌਖੀ ਗੱਲ ਨਹੀਂ ਬਸ ਆਪਾਂ ਥੋੜ੍ਹੀ ਜਿਹੀ ਦੂਰ ਹੋਰ ਜਾਣਾ
पर बंद ना हो जाए ट्रैक्टर अपना बई ता करके ना बई पूरा जोर लगे पाया इतने। चल 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 की लगता बई चढ़ जूगा पहाड़ जा। अरे यार वेरी गुड वेरी गुड। चल 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 शेरा बस बंद ना हो जी बाकी सारा कुछ सही है रोक ना जाई थोड़ी दूर होर थोड़ी दूर होर। अरे ओए शिट यार ओखा मेरे वीर रुक जाओ दो मिनट रुको मैं भी घा जे ते पा लिया ना घा ते ट्रैक्टर तिलकदा हौली हौली तोड़ते हैं। चल 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 लेट्स गो थोड़ी दूर है छड़ के चल भाई थोड़ी दूर ही है चल बाबे जो उतो तक चला गया ना सिरा हो जू अपना ट्रैक्टर यार सलेंसर का पूरा भाई डांट पिया पिया ट्रैक्टर का भी डांट पिया पिया पूरा जोर लग्या पिया। चल बस इदा ही जावे हौली हौली जावे पर तुरी जावे चेक करो हुण लगदा ना पता भाई ट्राले का ट्रैक्टर के जोर का ओ भाई दी हवेली पिछे देखदी भाई की लगदा चढ़ जू चढ़ जे मैं रोकता ना काम औखा हो जाना ओए रुड़ गया आप ही रुड़िया शिट यार वड्डा ट्रैक्टर लेके आना पैना हुण शिट यार। चल 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 वेरी गुड यार बापियो भाई की करा हुण मैं फक यार कसूता पंगा पै गया थोड़ा जा छुप जाके ना ओके। चल 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 बह जाता है यार चल भाई वाह यार भाई कसूता पंगा ले लिया ट्राले नु इत्थे ट्राला रुड़ गया ओए ओ भाई ट्राला रुड़ गया साडा कौआ प्रियानी भाई आ की हो गया यार ले ट्राला ही रुड़ गया यार ट्राला ओ खड़ा जाके औखा भाई इन्नी दूर असी लैके आंदा रुड़ गया कौआ प्रिया नहीं यार तो इत्थे तो हुण अपने पता लग गया ट्रैक्टर ने नहीं भाई लाउणा जोर अगले एपीसोड च लग जू पता किहड़े ट्रैक्टर नाल खिच्ची है भाई तुसी कमेंट करके दस्सियो मैं अज लई डन हां भाई ट्राला इन्नी पिछे आ गया मैं डन हां भाई अगले एपीसोड में दस्सियो किहड़े ट्रैक्टर नाल एडा ट्राला खिच्ची है भाई कमेंट करके जरूर दस्सियो मिलदे हां अगले एपीसोड में रब रखा यार।